ਰਾਜਪੁਰਾ ਦੇ ਨਾਲ ਲੱਗਦੇ ਪਿੰਡ ਟੇਪਲਾ ਵਿਖੇ ਇੱਕ ਵਿਅਕਤੀ ਨੇ ਟ੍ਰੇਨ ਹੇਠਾਂ ਆ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ, ਜਿਸ ਦੀ ਪਹਿਚਾਣ ਹਰਜਿੰਦਰ ਸਿੰਘ ਵਜੋਂ ਹੋਈ ਹੈ। ਦੱਸਣਯੋਗ ਹੈ ਕਿ ਹਰਜਿੰਦਰ ਸਿੰਘ ਨੇ ਬੀਤੇ ਦਿਨ ਝਗੜੇ ਦੌਰਾਨ ਆਪਣੀ ਮਾਤਾ ਦਾ ਕਤਲ ਕਰ ਦਿੱਤਾ ਸੀ, ਜਦਕਿ ਪਤਨੀ ਅਤੇ ਬੱਚਿਆਂ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਸੀ, ਜੋ ਕਿ ਚੰਡੀਗੜ੍ਹ ਦੇ ਹਸਪਤਾਲ ਵਿਖੇ ਜ਼ੇਰੇ ਇਲਾਜ ਹਨ। ਇਸ ਸੰਬੰਧੀ ASI ਥਾਣਾ ਸ਼ੰਭੂ ਅਜੇ ਕੁਮਾਰ ਅਤੇ ASI GRP ਰਾਜਪੁਰਾ ਮੱਖਣ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਇਸ ਨੂੰ ਲੈ ਕੇ 174 ਦੀ ਕਾਰਵਾਈ ਕੀਤੀ ਜਾ ਰਹੀ ਹੈ। ਮੇਰਾ ਨਾਮ ASI ਅਜੇ ਕੁਮਾਰ, ਥਾਣਾ ਸ਼ੰਭੂ ਵਿਖੇ ਤਣਾਅ ਥਾਂ। ਕੱਲ੍ਹ ਮਿਤੀ 9/11/2019 ਨੂੰ ਪਿੰਡ ਤੇਪਲਾ ਵਿਖੇ ਹਰਜਿੰਦਰ ਸਿੰਘ ਨੇ ਆਪਣੇ ਪਰਿਵਾਰ ਦੀ ਮਾਰ ਕੁਟਾਈ ਕੀਤੀ ਸੀ, ਜਿਸ ਵਿੱਚ ਉਸਦੀ ਮਾਤਾ ਨੈਬ ਕੌਰ ਦੀ ਮੌਕਾ 'ਤੇ ਹੀ ਮੌਤ ਹੋ ਗਈ ਸੀ ਅਤੇ ਉਸਦੀ ਘਰਵਾਲੀ ਅਤੇ ਬੱਚੇ GMCH Sector 32 ਚੰਡੀਗੜ੍ਹ ਵਿਖੇ ਦਾਖਲ ਹਨ। ਅੱਜ ਸਾਨੂੰ ਸਵੇਰੇ ਇਤਲਾਹ ਮਿਲੀ ਕਿ ਹਰਜਿੰਦਰ ਸਿੰਘ ਖੁਦ ਆਪ ਕੱਲ੍ਹ ਰੇਲਵੇ ਟਰੈਕ 'ਤੇ ਖੁਦਕੁਸ਼ੀ ਕਰ ਚੁੱਕਾ ਹੈ। ਲਾਸ਼ ਇਹਦੇ ਵਾਰਸਾਂ ਦੇ ਔਰਤ ਨੈਬ ਕੌਰ ਦੀ ਇਹਦੇ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ। ਕੱਲ੍ਹ ਮੁਕੱਦਮਾ ਨੰਬਰ 154 ਮਿਤੀ 9/11/2019 ਅੰਡਰ ਸੈਕਟਰ 302, 307, 323 IPC ਥਾਣਾ ਸ਼ੰਭੂ ਦਰਜ ਰਜਿਸਟਰ ਕੀਤਾ ਗਿਆ। ਬਲਕਾਰ ਸਿੰਘ ਜੀ, ਪਰ ਜੇ ਜਿਹੜੀ ਜਨਾਨੀ ਮੇਰੀ ਸਾਡੀ ਭਰਜਾਈ ਲੱਗਦੀ ਰਿਸ਼ਤੇਦਾਰੀ 'ਚ ਜੀ, ਅਤੇ ਮੁੰਡੇ ਨੇ ਪਰਿਵਾਰ ਦੀ ਮਾਰ ਕਟਾਈ ਕੀਤੀ ਅਤੇ ਜਿਹੜੀ ਮਾਤਾ ਦੀ ਉਹਦੀ ਮੌਕੇ 'ਤੇ ਮੌਤ ਹੋ ਗਈ ਅਤੇ ਬੱਚੇ ਜਿਹੜੇ PGI ਹਸਪਤਾਲ ਪਏ ਜੀ, ਅਤੇ ਉਹਨੇ ਸਾਨੂੰ ਅੱਜ ਪਤਾ ਲੱਗਿਆ ਵੀ ਉਹ ਰਾਤੀ ਸੁਸਾਈਡ ਕਰ ਗਿਆ ਜੀ ਰੇਲਵੇ ਟਰੈਕ ਦੀ। ਅਸੀਂ ਹੁਣ ਦੋਵਾਂ ਦੀ ਆਪਣੇ ਡੈੱਡ ਬੋਡੀ ਲੈਣ ਆਏ ਜੀ ਰਾਜਪੁਰੀ ਜੀ। ASI ਮੱਖਣ ਸਿੰਘ ਜੀ, ਉਹਦੀ ਸ਼ਨਾਖਤ ਹੋ ਗਈ ਜੀ, ਇਹ ਹਰਜਿੰਦਰ ਸਿੰਘ ਹੈ ਜੀ ਜਿਹੜਾ ਮਰਨ ਵਾਲਾ ਜੀ, ਹਰਜਿੰਦਰ ਸਿੰਘ ਸਨੋਪ ਆਪਣੇ ਜਗਦੀਸ਼ ਚੰਦ ਜੀ, ਕੌਮ ਝੋਰ ਵਾਸੀ ਤਰਪਲਾ ਜੀ, ਥਾਣਾ ਸੰਭੂ ਜ਼ਿਲ੍ਹਾ ਪਟਿਆਲਾ ਜੀ। ਹਾਂਜੀ ਹਾਂਜੀ, ਹਾਂ ਟਰੇਸ ਹੋ ਗਿਆ ਜੀ, ਉਹੀ ਲੜਕਾ ਜੀ ਜਿਹੜੇ ਆਪਣੀ ਮਾਂ ਦਾ ਕਤਲ ਕਰਕੇ ਜੀ ਖੁਦਕੁਸ਼ੀ ਕੀਤੀ ਹੈ ਰੇਲਵੇ ਅਣਛਾਤੀ ਗੱਡੀ ਨਾਲ ਜੀ। ਅਸੀਂ ਇਹਦੀ ਕਾਰਵਾਈ 74 ਦੀ ਕਾਰਵਾਈ ਕਰਕੇ ਜੀ ਬਾਅਦ ਪੋਸਟਮਾਰਟਮ ਲਾਸਟ ਵਾਰਸਾਂ ਦੇ ਹਵਾਲੇ ਕਰ ਰਹੇ ਹਾਂ ਜੀ।